ਆਣ ਦੋ, ਚਲੋ ਚਲਤੇ ਰਹੋ, ਚਲੋ ਚਲਤੇ ਰਹੋ, ਚਲਤੇ ਰਹੋ। ਦੋ ਗਾਡੀ ਹੋਊਗੀ, ਆਪਣੇ ਵਾੜੇ ਮੈਂ ਬਿਠਾ ਲਓ, ਯਾਰ ਵੀ ਹੈ ਯਾਰ ਵੀ ਬਿਠਾ ਦੋ, ਤੁਹਾਨੂੰ ਲੱਗੀ ਗਾਡੀ ਆਪਣੇ ਲਈ ਘੁਸ ਦੋ ਇਸਕੇ ਅੰਦਰ, ਬਿਠਾਓ ਮੈਡਮ ਬਿਠਾਓ ਬਿਠਾਓ, ये अच्छी बनेंगे गाड़ी बुलाएंगे, घुसे एक में घुसेड़ो सबको, बिठा दे गौतम, आई गया ये दूसरी भी आ रही बात, ऊपर में चलेंगे ना मैम, ऊपर छप्पर में, अरे वो काम का सुनो सारे पड़ोसी तंग है, आण दो आण दो, शक्ति तो कोई नहीं होता ना, आराम से आराम से काम चले, ओए रुक जा, ओए रुक आराम से, अरे भी आ जा। ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ। ਦੱਸ ਦਈਏ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਦੋਂ ਇੱਕ ਗੈਸਟ ਹਾਊਸ ਦੇ ਵਿੱਚ ਰੇਡ ਕੀਤੀ ਤਾਂ ਉੱਥੇ 6 ਔਰਤਾਂ ਨੂੰ ਕਾਬੂ ਕੀਤਾ ਗਿਆ, ਜਿਸ ਦੇ ਵਿੱਚੋਂ ਕਈ ਵਿਦੇਸ਼ੀ ਦੱਸੀ ਜਾ ਰਹੀਆਂ ਨੇ, ਜਿਨ੍ਹਾਂ ਦੇ ਵੱਲੋਂ ਸ਼ਰੇਆਮ ਹੀ ਗੈਸਟ ਹਾਊਸ ਦੇ ਵਿੱਚ ਦਿਨ ਦਿਹਾੜੇ ਗਲਤ ਕੰਮ ਕੀਤਾ ਜਾ ਰਿਹਾ ਸੀ। ਪਰ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਕਈ ਮੁੰਡਿਆਂ ਨੂੰ ਵੀ ਕਾਬੂ ਕੀਤਾ ਗਿਆ। ਤਾਂ ਜਦੋਂ ਪੁਲਿਸ ਗੈਸਟ ਹਾਊਸ ਦੇ ਵਿੱਚ ਪਹੁੰਚੀ ਤਾਂ ਅੰਦਰ ਜਾਂਦੇ ਹੀ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ। ਤਾਂ ਕਿਹਾ ਜਾ ਰਿਹਾ ਕਿ ਕਈ ਵਿਦੇਸ਼ੀ ਲੜਕੀਆਂ ਵੀ ਉੱਥੇ ਪਹੁੰਚੀਆਂ ਹੁੰਦੀਆਂ ਨੇ, ਗਲਤ ਕੰਮ ਜੋ ਹੈ ਸ਼ਰੇਆਮ ਕੀਤਾ ਜਾ ਰਿਹਾ ਸੀ। ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ। ਤਾਂ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਅੰਦਰ ਜਾ ਕੇ ਪੁਲਿਸ ਦੀ ਵੀ ਅੱਖਾਂ ਅੱਡੀਆਂ ਰਹਿ ਗਈਆਂ। ਦੱਸ ਦਈਏ ਕਿ ਪੁਲਿਸ ਨੇ 6 ਔਰਤਾਂ ਨੂੰ ਅਤੇ ਕਈ ਮੁੰਡਿਆਂ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਹੈ। ਅਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਜਿਸ ਗੈਸਟ ਹਾਊਸ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਉਸਦੇ ਓਨਰ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਗੁਰੂਗ੍ਰਾਮ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ ਗੈਸਟ ਹਾਊਸ ਦੇ ਵਿੱਚ, ਜੋ ਇਹ ਗਲਤ ਕੰਮ ਕੀਤਾ ਜਾ ਰਿਹਾ ਸੀ। ਅਤੇ ਹੁਣ ਗੈਸਟ ਹਾਊਸ ਦੇ ਮਾਲਕ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਆਣ ਦੋ, ਚਲੋ ਚਲਤੇ ਰਹੋ, ਚਲੋ ਚਲਤੇ ਰਹੋ ਚਲਤੇ ਰਹੋ। ਦੋ ਗਾਡੀ ਹੋਊਗੀ, ਆਪਣੇ ਵਾੜੇ ਮੈਂ ਬਿਠਾ ਲਓ, ਯਾਰ ਵੀ ਹੈ ਯਾਰ ਵੀ ਬਿਠਾ ਦੋ, ਤੁਹਾਨੂੰ ਲੱਗੀ ਗਾਡੀ ਆਪਣੇ ਲਈ ਘੁਸ ਦੋ ਇਸਕੇ ਅੰਦਰ, ਬਿਠਾਓ ਮੈਡਮ ਬਿਠਾਓ ਬਿਠਾਓ, ਇਹ ਅੱਛੀ ਬਣੇਗੀ ਗਾਡੀ ਬੁਲਾਏਂਗੇ, ਘੁਸੇ ਇੱਕ ਮੈਂ ਘੁਸੇੜੋ ਸਭ ਤੋਂ, ਬਿਠਾ ਦੇ ਗੌਤਮ, ਆਈ ਗਿਆ ਆਈ ਦੂਸਰੀ ਵੀ ਆ ਰਹੀ ਬਾਤ, ਛੱਪਰ ਮੈਂ ਚਲੇਗੀ ਨਾ ਮੈਮ, ਇੱਕ ਛੱਪਰ ਮੈਂ, ਅਰੇ ਉਹ ਕੰਮ ਕਰ ਸੁਣੋ ਸਾਰੇ ਪੜੋਸੀ ਤੰਗ ਹੈ, ਆਣ ਦੋ ਆਣ ਦੋ, ਅਸ਼ਕ
ਦੇਵ ਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ। ਦੱਸ ਦਈਏ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਦੋਂ ਇੱਕ ਗੈਸਟ ਹਾਊਸ ਦੇ ਵਿੱਚ ਰੇਡ ਕੀਤੀ ਤਾਂ ਉੱਥੇ 6 ਔਰਤਾਂ ਨੂੰ ਕਾਬੂ ਕੀਤਾ ਗਿਆ, ਜਿਸ ਦੇ ਵਿੱਚੋਂ ਕਈ ਵਿਦੇਸ਼ੀ ਦੱਸੀ ਜਾ ਰਹੀਆਂ ਨੇ, ਜਿਨ੍ਹਾਂ ਦੇ ਵੱਲੋਂ ਸ਼ਰੇਆਮ ਹੀ ਗੈਸਟ ਹਾਊਸ ਦੇ ਵਿੱਚ ਦਿਨ ਦਿਹਾੜੇ ਗਲਤ ਕੰਮ ਕੀਤਾ ਜਾ ਰਿਹਾ ਸੀ। ਪਰ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਕਈ ਮੁੰਡਿਆਂ ਨੂੰ ਵੀ ਕਾਬੂ ਕੀਤਾ ਗਿਆ। ਤਾਂ ਜਦੋਂ ਪੁਲਿਸ ਗੈਸਟ ਹਾਊਸ ਦੇ ਵਿੱਚ ਪਹੁੰਚੀ ਤਾਂ ਅੰਦਰ ਜਾਂਦੇ ਹੀ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ। ਤਾਂ ਕਿਹਾ ਜਾ ਰਿਹਾ ਕਿ ਕਈ ਵਿਦੇਸ਼ੀ ਲੜਕੀਆਂ ਵੀ ਉੱਥੇ ਪਹੁੰਚੀਆਂ ਹੁੰਦੀਆਂ ਨੇ। ਗਲਤ ਕੰਮ ਜੋ ਹੈ ਸ਼ਰੇਆਮ ਕੀਤਾ ਜਾ ਰਿਹਾ ਸੀ। ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ। ਤਾਂ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਅੰਦਰ ਜਾ ਕੇ ਪੁਲਿਸ ਦੀ ਵੀ ਅੱਖਾਂ ਅੱਡੀਆਂ ਰਹਿ ਗਈਆਂ। ਦੱਸ ਦਈਏ ਕਿ ਪੁਲਿਸ ਨੇ 6 ਔਰਤਾਂ ਨੂੰ ਅਤੇ ਕਈ ਮੁੰਡਿਆਂ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਹੈ। ਅਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਜਿਸ ਗੈਸਟ ਹਾਊਸ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਉਸਦੇ ਓਨਰ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਗੁਰੂਗ੍ਰਾਮ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ ਗੈਸਟ ਹਾਊਸ ਦੇ ਵਿੱਚ, ਜੋ ਇਹ ਗਲਤ ਕੰਮ ਕੀਤਾ ਜਾ ਰਿਹਾ ਸੀ। ਅਤੇ ਹੁਣ ਗੈਸਟ ਹਾਊਸ ਦੇ ਮਾਲਕ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।